ਮਹਿੰਗਾਈ ਕਾਫੀ ਦੇਰ ਤੋਂ ਘੱਟ ਰਹੀ ਸੀ ਵੀ ਇੱਕ ਵਾਰ ਦਸ ਮਰਜ਼ ਦਾ ਤਿੰਨ ਮਹੀਨਿਆਂ ਦੀ ਵੀ ਇੱਥੇ ਵੀ ਕੁਛ ਬਦਲਣ ਦੇ ਰਹੇ ਨੇ ਵੀ ਬਜਾਇ ਸ਼ਰਾਬ ਕੱਢਦੇ ਗਏ ਨੇ ਅਤੇ ਉਹ ਜਿਹੜੇ ਆਹ ਹੁਣ ਸਾਡੇ ਮੋਗਾ ਡਿਸਟ੍ਰਿਕਟ ਦੇ ਵਿੱਚ ਇੱਕ ਕੇਸ ਸ਼ਰਾਬ ਦੇ ਨਾਲ ਘਰ ਦੇ ਵਿੱਚ ਇੰਤਜ਼ਾਮ ਦਾ ਕਾਫੀ ਜਿਹੜੇ ਮੁੱਖ ਮੰਤਰੀ ਆ ਉਹਦੇ ਸੰਬੰਧ ਵਿੱਚ ਅੱਜ ਸਾਡੀ ਜਿਹੜੀ ਪੁਲਿਸ ਦੇ ਨਾਲ ਮੋਗਾ ਦੇ ਸ਼ਹਿਰ ਸੱਚੋ ਅਤੇ ਉੱਥੇ ਦੇਖ ਮੀਟਿੰਗ ਵਿੱਚ ਸੱਚ ਮੀਟਿੰਗ ਉਹ ਵੀ ਚੋਰ ਹੈਗਾ ਚੋਰ ਦੇ ਮਾਰੇ ਦੇ ਸਾਡੇ ਪੱਠ ਡਰਾਮ ਜਿਹੜੇ ਸੀ ਲਾਹ ਲਾਹ ਵਾਲੇ ਉਹ ਲਾਹ ਹੋਏ ਨੇ ਅਤੇ ਕਰੀਬ 1200 ਡੇਢ ਲਾਹ ਮੇਰੇ ਬਾਕੀ ਜਿਹੜੇ ਪਰਪਾਲਾਂ ਦੇ ਵਿੱਚ ਇਹਨਾਂ ਨੇ ਪਾਈਆਂ ਸੀਗੀਆਂ ਉਹ ਅਸੀਂ ਕਰੀਬ 2000 ਰੁਪਏ ਦੀ ਲਾਹ ਹੈਗੀ ਆ ਉਹ ਦਰਸਾਈ ਦਿੱਤੀ ਹੈ ਇਸੇ ਤਰ੍ਹਾਂ ਅੱਜ ਨੰਗਾ ਦੇ ਵਿੱਚ ਵੀ ਜਿਹੜੀ ਉਹਦੇ ਵਿੱਚ ਮੀਡੀਆ ਵਗੈਰਾ ਤਿੰਨ ਉੱਥੇ ਵੀ ਸੱਚ ਮੀਡੀਆ ਸੀ ਉੱਥੇ ਵੀ ਇੱਕ ਸਰ ਅਨੰਦਪੁਰ ਕੀਰਤਪੁਰ ਸਾਹਿਬ ਦੇ ਵਿੱਚ ਵੀ ਝੁੰਡੀਆਂ ਦੀ ਕੰਪਲੇਂਟ ਆਉਂਦੀ ਹੈ ਕਿ ਝੁੰਡੀਆਂ ਵਿੱਚ ਨਜ਼ਰ ਆ ਰਹੀ ਉੱਥੇ ਵੀ ਅਸੀਂ ਕੰਮ ਪਾਸੋਂ ਉਹਦੇ ਖਿਲਾਫ ਤੋਂ ਛੇ ਛੇ ਚਾਰ ਦੇ ਸਿਸਟਮ ਕੀਤੇ ਉਹਦੇ ਖਿਲਾਫ ਵੀ ਅਸੀਂ ਕਾਰਵਾਈ ਕਰ ਰਹੇ ਸਰ ਕਿੰਨੇ ਦਿਨ ਚੱਲੀ ਗਈ ਇਸ ਚ ਹਾਂਜੀ ਉਹਦਾ ਅਰੈਸਟ ਵੀ ਕੀਤੇ ਜੱਜ ਨਹੀਂ ਅੱਜ ਅੱਜ ਅਰੈਸਟ ਹੋਈ ਅੱਜ ਅਰੈਸਟ ਹੋਈ ਜੀ ਅਰੈਸਟ ਕਰਨ ਵਾਲੀ ਅਰੈਸਟ ਹੋਈ